ਤੁਸੀਂ ਹਲਕ ਫਿਲਮ ਜ਼ਰੂਰ ਦੇਖੀ ਹੋਵੇਗੀ ਕਿ ਕਿਵੇਂ ਇੱਕ ਕਮਜ਼ੋਰ ਜਿਹਾ ਇਨਸਾਨ ਆਪਣੇ ਅੰਦਰ ਤਾਕਤ ਦੇ ਜਾਗਰਿਤ ਹੋਣ 'ਤੇ ਇੱਕ ਵਿਸ਼ਾਲ ਕਾਏ ਦੈਂਤ ਦਾ ਰੂਪ ਧਾਰਨ ਕਰ ਜਾਂਦਾ। ਤਾਂ ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ, ਤੁਹਾਡੇ ਅੰਦਰ ਵੀ ਇੱਕ ਸੁੱਤਾ ਹੋਇਆ ਦੈਂਤ ਹੁੰਦਾ। ਜੇ ਤੁਸੀਂ ਉਸ ਨੂੰ ਜਗਾਉਣ ਦੀ ਕਲਾ ਜਾਣ ਜਾਓ ਤਾਂ ਅੱਜ ਮੈਂ ਤੁਹਾਨੂੰ ਤੁਹਾਡੇ ਅੰਦਰ ਉਸ ਸੁੱਤੀ ਹੋਈ ਤਾਕਤ, ਉਸ ਸੁੱਤੀ ਹੋਈ ਸ਼ਕਤੀ ਨੂੰ ਜਗਾਉਣ ਦਾ ਢੰਗ ਦੱਸਾਂਗਾ। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੱਲੀ, ਹੈਲਥ ਗੁਰੂ। 24 ਘੰਟਿਆਂ ਵਿੱਚ ਰਾਤ ਦੇ ਸਮੇਂ ਸਾਡਾ ਜੋ ਸਰੀਰ ਹੈ ਸਭ ਤੋਂ ਕਮਜ਼ੋਰ ਸਥਿਤੀ 'ਚ ਹੁੰਦਾ। ਅੱਧੀ ਰਾਤ ਨੂੰ ਜੇ ਤੁਸੀਂ ਆਪਣੇ ਸਰੀਰ ਨੂੰ ਪਰਖਣਾ ਹੋਵੇ ਤਾਂ ਤੁਸੀਂ ਸਭ ਤੋਂ ਘੱਟ ਬੈਂਚ ਪ੍ਰੈਸ ਲਾਓਗੇ, ਪਰ 24 ਘੰਟੇ ਵਿੱਚ ਇੱਕ ਦੋ ਘੰਟੇ ਅਜਿਹੇ ਹੁੰਦੇ ਆ ਕਿ ਜਿਸ ਵਕਤ ਤੁਸੀਂ ਆਮ ਨਾਲੋਂ ਭਾਰੀ ਬੈਂਚ ਪ੍ਰੈਸ ਲਾ ਸਕਦੇ। ਤਾਂ ਤੁਸੀਂ ਉਸ ਸਮੇਂ ਨੂੰ ਪਛਾਣਨਾ, 24 ਘੰਟੇ ਵਿੱਚ ਅਜਿਹੇ ਉਹ ਇੱਕ ਦੋ ਘੰਟਿਆਂ ਨੂੰ ਪਛਾਣਨਾ ਜਦੋਂ ਤੁਹਾਡਾ ਜੋ ਨਰਵਸ ਸਿਸਟਮ ਹੈ ਸਭ ਤੋਂ ਜ਼ਿਆਦਾ ਐਕਟੀਵੇਟ ਹੁੰਦਾ, ਜਦੋਂ ਤੁਹਾਡਾ ਨਰਵਸ ਸਿਸਟਮ ਜਾਗਰਤ ਅਵਸਥਾ ਵਿੱਚ ਹੁੰਦਾ, ਜਦੋਂ ਤੁਹਾਡਾ ਨਰਵਸ ਸਿਸਟਮ ਇੱਕ ਤੂਫਾਨੀ ਬਿਜਲੀ ਦੀ ਤਰ੍ਹਾਂ ਚੱਲ ਰਿਹਾ ਹੁੰਦਾ। ਤਾਂ ਜੇ ਤੁਸੀਂ ਉਸ ਸਮੇਂ ਨੂੰ ਪਛਾਣਨਾ ਸਿੱਖ ਜਾਂਦੇ ਹੋ ਅਤੇ ਉਸ ਇੱਕ ਦੋ ਘੰਟਿਆਂ ਵਿੱਚ ਹੀ ਜਿੰਮ ਲਾਉਂਦੇ ਹੋ ਤਾਂ ਤੁਹਾਨੂੰ ਲਗਭਗ ਸਟੀਰਾਇਡ ਦੇ ਬਰਾਬਰ ਨਤੀਜੇ ਮਿਲਦੇ ਆ। ਤੁਸੀਂ ਕਰਨਾ ਕੀ ਹੈ ਕਿ ਜੋ ਵਜ਼ਨ ਚੈੱਕ ਕਰਨ ਵਾਲਾ ਸਕੇਲ ਹੁੰਦਾ ਉਸ ਨੂੰ ਦੋਵਾਂ ਹੱਥਾਂ ਨਾਲ ਫੜੋ ਅਤੇ ਇਸ ਤਸਵੀਰ ਵਿੱਚ ਦਰਸਾਏ ਦੀ ਤਰ੍ਹਾਂ ਆਪਣੇ ਹੱਥਾਂ ਨਾਲ ਉਹ ਸਕੇਲ ਨੂੰ ਦਬਾਓ ਤਾਂ ਅਤੇ ਨੋਟ ਕਰੋ ਤੁਸੀਂ ਕਿੰਨਾ ਦਬਾਇਆ, ਤੁਹਾਡੇ ਦਬਾਉਣ 'ਤੇ ਉਹ ਜੋ ਸੂਈ ਹੈ ਕਿੱਥੋਂ ਤੱਕ ਗਈ, ਅਤੇ 24 ਘੰਟਿਆਂ ਵਿੱਚ ਘੱਟ ਤੋਂ ਘੱਟ ਜਿੰਨੀ ਦੇਰ ਤੁਸੀਂ ਜਾਗਦੇ ਹੋ ਯਾਨੀ ਘੱਟ ਤੋਂ ਘੱਟ 12 ਘੰਟੇ, ਤਾਂ 12 ਘੰਟਿਆਂ ਵਿੱਚ ਤੁਸੀਂ ਹਰ ਇੱਕ ਦੋ ਘੰਟੇ ਬਾਅਦ ਸਕੇਲ ਨੂੰ ਦਬਾ ਕੇ ਦੇਖੋ। ਤਾਂ ਇਸ ਤਰ੍ਹਾਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਕਿ ਕਿਸ ਸਮੇਂ ਦਬਾਉਣ 'ਤੇ ਜੋ ਸੂਈ ਆ ਸਭ ਤੋਂ ਅੱਗੇ ਗਈ, ਯਾਨੀ ਉਹ ਸਮਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਜਿਸ ਸਮੇਂ ਤੁਹਾਡੀ ਜੋ ਗ੍ਰਿਪ ਹੈ ਉਹ ਸਭ ਤੋਂ ਤਾਕਤਵਰ ਸੀ, ਸਭ ਤੋਂ ਜ਼ੋਰਦਾਰ ਸੀ। ਇਹ ਜੋ ਗ੍ਰਿਪ ਹੈ ਇਹ ਇਕੱਲੀ ਜ਼ੋਰਦਾਰ ਨਹੀਂ ਹੁੰਦੀ, ਅਸਲ ਵਿੱਚ ਜਦੋਂ ਤੁਹਾਡੀ ਗ੍ਰਿਪ ਜ਼ੋਰਦਾਰ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਤਾਂ ਉਸ ਵਕਤ ਤੁਹਾਡਾ ਪੂਰੇ ਦਾ ਪੂਰਾ ਨਰਵਸ ਸਿਸਟਮ ਜਾਗਰਤ ਅਵਸਥਾ ਵਿੱਚ ਹੁੰਦਾ ਅਤੇ ਤੁਹਾਡੇ ਸਰੀਰ ਦਾ ਹਰ ਮਸਲ ਕਰੰਟ ਦੀ ਤਰ੍ਹਾਂ ਚੱਲਦਾ ਜੇ ਤੁਸੀਂ ਉਸ ਵਕਤ ਜਿੰਮ ਲਾਓ, ਕਿਉਂਕਿ ਤੁਹਾਡਾ ਜੋ ਨਰਵਸ ਸਿਸਟਮ ਹੈ ਉਸ ਵਿੱਚ ਜੋ ਇਲੈਕਟ੍ਰੋਕੈਮੀਕਲ ਜੋ ਕਰੰਟ ਦੌੜਦਾ ਉਹ ਇਸ ਵਕਤ ਸਭ ਤੋਂ ਤੇਜ਼ ਗਤੀ ਨਾਲ ਦੌੜ ਰਿਹਾ ਹੁੰਦਾ। ਇਸ ਲਈ ਜਿਸ ਇੱਕ ਦੋ ਘੰਟਿਆਂ ਵਿੱਚ ਸਕੇਲ ਦੀ ਸੂਈ ਸਭ ਤੋਂ ਅੱਗੇ ਜਾਂਦੀ ਹੈ ਉਹ ਇੱਕ ਦੋ ਘੰਟੇ ਤੁਹਾਡੇ ਲਈ ਜਿੰਮ ਵਿੱਚ ਸੁਨਹਿਰੀ ਹੋ ਸਕਦੇ ਆ। ਜੇ ਤੁਸੀਂ ਉਹਨਾਂ ਇੱਕ ਦੋ ਘੰਟਿਆਂ ਵਿੱਚ ਜਿੰਮ ਜਾਓਗੇ ਤਾਂ ਤੁਹਾਨੂੰ ਅਜਿਹੇ ਨਤੀਜੇ ਮਿਲਣੇ ਆ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ। ਹਾਂ, ਆਪਣਾ ਡਾਇਟ ਪਲਾਨ ਜ਼ਰੂਰ, ਤੰਦਰੁਸਤ ਸਿਹਤਮੰਦ ਰੱਖੋ, ਹਾਜ਼ਮੇ ਨੂੰ ਮਜ਼ਬੂਤ ਰੱਖੋ ਅਤੇ ਆਪਣਾ ਜੋ ਪੂਰਾ ਲਾਈਫ ਸਟਾਈਲ ਹੈ ਉਸ ਨੂੰ ਵੀ ਆਪਣੇ ਬਾਡੀ ਬਿਲਡਰ ਜਾਂ ਫਿਟਨੈਸ ਮਾਡਲ ਬਣਨ ਦੇ ਗੋਲ ਵੱਲ ਹੀ ਸੇਧਿਤ ਰੱਖੋ। ਤਾਂ ਤੁਹਾਨੂੰ ਇਹ ਜੋ ਮੇਰੀ ਤਕਨੀਕ ਹੈ ਸੱਚਮੁੱਚ ਹਲਕ ਦੀ ਤਰ੍ਹਾਂ ਹੀ ਨਤੀਜੇ ਦੇਵੇਗੀ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰੋ।